ਸੋ ਸਭ ਤੋਂ ਪਹਿਲਾਂ Big Star Bio Channel ਵੇਖਣ ਵਾਲੀ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਰਮੇਸ਼ਵਰਮਾ ਦੇ ਖਾਸ ਦੋਸਤ ਲਾਡੀ ਚਾਹਲ ਜੀ ਦੀ। ਹਾਂਜੀ ਉਹੀ ਲਾਡੀ ਚਾਹਲ ਜਿਸ ਨੇ ਫਾਰਮਿੰਗ ਤੇ ਚੋਰੀ ਦਾ ਪਿਸਤੌਲ ਵਰਗੇ ਸੁਪਰ ਹਿੱਟ ਗੀਤ ਆਪਣੀ ਦਰਸ਼ਕਾਂ ਦੀ ਝੋਲੀ ਪਾਏ। ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲਾਡੀ ਚਾਹਲ ਜੀ ਦੇ ਜੀਵਨ ਤੋਂ ਜਾਣੂ ਕਰਵਾਵਾਂਗੇ। ਜੇਕਰ ਤੁਸੀਂ ਵੀ ਇਹਨਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਬੋ ਜੀ। ਤੇ ਨਾਲ ਹੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਆਪਾਂ ਇਸ ਤਰ੍ਹਾਂ ਦੇ ਮਸ਼ਹੂਰ ਲੋਕਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੀ ਰਹਿੰਦੇ ਆ ਤਾਂ ਫਿਰ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਇਹ ਵੀਡੀਓ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਅਸਲ ਨਾਮ ਕੁਲਵੰਤ ਸਿੰਘ ਚਾਹਲ ਹੈ ਪਰ ਦੋਸਤੋ ਇਹਨਾਂ ਦੇ ਘਰ ਦੇ ਤੇ ਦੋਸਤ ਇਹਨਾਂ ਨੂੰ ਪਿਆਰ ਦੇ ਨਾਲ ਲਾਡੀ ਕਹਿ ਕੇ ਬੁਲਾਉਂਦੇ ਹਨ ਅੱਜ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਇਹਨਾਂ ਨੂੰ ਲਾਡੀ ਚਾਹਲ ਜੀ ਦੇ ਨਾਮ ਤੋਂ ਹੀ ਜਾਣਦੀ ਹੈ ਲਾਡੀ ਚਾਹਲ ਜੀ ਦਾ ਜਨਮ ਮਿਤੀ 30 ਸਤੰਬਰ 1999 ਨੂੰ ਪਿੰਡ ਦੇ ਤੇਰਾ ਜ਼ਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਹੋਇਆ ਤੇ ਸਨ 2021 ਦੇ ਅਨੁਸਾਰ ਦੇ ਨਾਲ ਇਹਨਾਂ ਦੀ ਉਮਰ ਹੁਣ ਤੱਕ 22 ਸਾਲ ਦੀ ਹੋ ਚੁੱਕੀ ਹੈ ਜੇ ਗੱਲ ਕਰੀਏ ਲਾਡੀ ਚਾਹਲ ਜੀ ਦੇ ਵਿਆਹ ਦੀ ਤਾਂ ਦੋਸਤੋ ਫਰਹਾਲ ਇਹਨਾਂ ਦਾ ਹਲੇ ਤੱਕ ਵਿਆਹ ਨਹੀਂ ਹੋਇਆ ਲਾਡੀ ਚਾਹਲ ਜੀ ਹਲੇ ਤੱਕ ਅਨਮੈਰਿਡ ਹਨ ਦੋਸਤੋ ਜੇਕਰ ਆਪਾਂ ਲਾਡੀ ਚਾਹਲ ਜੀ ਦੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸ਼ੁਰੂਆਤ ਦੀ ਗੱਲ ਕਰੀਏ ਤਾਂ ਦੱਸਦੀਏ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਮਾਡਲ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ ਦੋਸਤੋ ਸਾਨੂੰ ਲਾਡੀ ਚਾਹਲ ਜੀ ਪਰਮੇਸ਼ਵਰਮਾ ਦੇ ਹਿੱਟ ਗੀਤਾਂ ਦੇ ਵਿੱਚ ਇੱਕ ਮਾਡਲ ਦੇ ਤੌਰ ਤੇ ਵੇਖਣ ਨੂੰ ਮਿਲ ਚੁੱਕੇ ਸਨ ਜੇ ਗੱਲ ਕਰੀਏ ਇਹਨਾਂ ਦੀ ਪਰਮੇਸ਼ਵਰਮਾ ਦੇ ਨਾਲ ਮੁਲਾਕਾਤ ਦੀ ਤਾਂ ਦੱਸਦੀਏ ਕਿ ਲਾਡੀ ਚਾਹਲ ਜੀ ਦੀ ਪਰਮੇਸ਼ਵਰ ਮਾਦੀ ਨਾਲ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੋਈ ਤੇ ਫਿਰ ਉਦੋਂ ਤੋਂ ਹੀ ਇਹਨਾਂ ਦੇ ਦੋਸਤ ਇੱਕ ਗੂੜੀ ਯਾਰੀ ਪੈ ਗਈ ਤੇ ਇਹ ਪੱਕੇ ਦੋਸਤ ਬਣ ਗਏ ਐਕਟਿੰਗ ਦੇ ਨਾਲ-ਨਾਲ ਲਾਡੀ ਚਾਲ ਜੀ ਲਿਖਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਰੁਚੀ ਰੱਖਦੇ ਸਨ ਤੇ ਪਰਮੇਸ਼ਵਰ ਵਰਮਾ ਨੇ ਇਹਨਾਂ ਨੂੰ ਲਿਖਣ ਦੀ ਸਲਾਹ ਦਿੱਤੀ ਕਿ ਤੇਰੀ ਲੇਖਣੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੂੰ ਕੋਈ ਮੇਰੇ ਲਈ ਵੀ ਵਧੀਆ ਜਿਹਾ ਗੀਤ ਲਿਖਾ ਤੇ ਫਿਰ ਦੋਸਤੋ ਇਹਨਾਂ ਨੇ ਪਰਮੇਸ਼ਵਰ ਵਰਮਾ ਦੇ ਲਈ ਚੀੜੀ ਉੱਡ ਕਾਂ ਉੱਡ ਗੀਤ ਲਿਖਿਆ ਜਿਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਜਿਆਦਾ ਪਿਆਰ ਵੀ ਦਿੱਤਾ ਇਸ ਤੋਂ ਬਾਅਦ ਇਹਨਾਂ ਨੇ ਪਰਮੇਸ਼ਵਰ ਵਰਮਾ ਨੂੰ ਚੱਲ ਹੋਏ ਪਿੰਡਾਂ ਵਾਲੇ ਜੱਟ ਵਰਗੇ ਸੁਪਰ ਹਿੱਟ ਗੀਤ ਲਿਖ ਕੇ ਦਿੱਤੇ ਤੇ ਦਰਸ਼ਕਾਂ ਨੇ ਪਰਮੇਸ਼ਵਰ ਵਰਮਾ ਦੇ ਇਨ੍ਹਾਂ ਗੀਤਾਂ ਨੂੰ ਮਾੜਾ ਮੁਹੀ ਪਿਆਰ ਵੀ ਦਿੱਤਾ ਤੇ ਹੌਲੀ-ਹੌਲੀ ਇਹਨਾਂ ਨੇ ਦੋਸਤੋ ਆਪ ਵੀ ਗਾਉਣਾ ਸ਼ੁਰੂ ਕਰ ਦਿੱਤਾ ਲਾਡੀ ਚਾਲਜੀ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸ਼ੁਰੂਆਤ ਆਪਣੇ ਹੀ ਲਿਖੇ ਗੀਤ ਹੈਬਿਟ ਤੋਂ ਕੀਤੀ ਸੀ ਇਸ ਗੀਤ ਨੂੰ ਦਰਸ਼ਕਾਂ ਨੇ ਵਧੀਆ ਪਿਆਰ ਦਿੱਤਾ ਆਹ ਦੋਸਤੋ ਇਹਨਾਂ ਨੂੰ ਅਸਲ ਪਛਾਣ ਇਹਨਾਂ ਦੁਆਰਾ ਹੀ ਲਿਖੇਗੀ ਤਾਂ ਫਾਰਮਿੰਗ ਤੋਂ ਮਿਲੀ ਦੋਸਤੋ ਇਹ ਗੀਤ ਇਹਨਾਂ ਦੇ ਨਾਲ ਪੰਜਾਬ ਦੀ ਸੁਪਰ ਹਿੱਟ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਜੀ ਨੇ ਗਾਇਆ ਸੀ ਤੇ ਇਸ ਗੀਤ ਦੇ ਵਿੱਚ ਪਰਮੇਸ਼ਰ ਵਰਮਾ ਤੇ ਮਹੀਰਾ ਸ਼ਰਮਾ ਜੀ ਨੇ ਮਾਡਲਿੰਗ ਕੀਤੀ ਸੀ ਲਾਡੀ ਚਾਲ ਦਾ ਇਹ ਗੀਤ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਸੁਪਰ ਡੋਪਰ ਹਿੱਟ ਸਾਬਤ ਹੋਇਆ ਇਸ ਗੀਤ ਨੇ ਲਾਡੀ ਚਾਲ ਜੀ ਨੂੰ ਇੱਕ ਅਸਲ ਪਛਾਣ ਦੇ ਦਿੱਤੀ ਇਸ ਤੋਂ ਬਾਅਦ ਇਹਨਾਂ ਨੇ ਠਾਠਾ ਤੇ ਚੋਰੀ ਦਾ ਪਿਸਤੌਲ ਵਰਗੇ ਗੀਤ ਆਪਣੀ ਚੋਣ ਵਾਲਿਆਂ ਦੀ ਝੋਲੀ ਪਾਏ ਜੇ ਗੱਲ ਕਰੀਏ ਆਪਾਂ ਲਾਡੀ ਚਾਲ ਜੀ ਦੇ ਗੋਲੀ ਵੱਜਣ ਦੇ ਕਾਰਨ ਦੇ ਬਾਰੇ ਤਾਂ ਦੋਸਤੋ ਦੱਸ ਦਈਏ ਕਿ ਦਿਲਪ੍ਰਿਤ ਨਾਮ ਦੇ ਇੱਕ ਬੰਦੇ ਵੱਲੋਂ ਪਰਮੇਸ਼ਵਰਮਾ ਤੇ ਗੋਲੀਆਂ ਦੇ ਨਾਲ ਅਟੈਕ ਕੀਤਾ ਗਿਆ ਸੀ ਪਰ ਉਹ ਗੋਲੀ ਪਰਮੇਸ਼ਵਰਮਾ ਦੀ ਥਾਂ ਲਾਡੀ ਚਾਹਲ ਜੀ ਦੇ ਜਾ ਵੱਜੀ ਛੇਤੀ ਡਾਕਟਰ ਨੇ ਇਲਾਜ ਕਰਵਾਉਣ ਦੇ ਕਰਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਲਾਟੀ ਚਾਹਲ ਜੀ ਪੂਰੇ ਤੰਦਰੁਸਤ ਹਨ ਪਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਸੋ ਦੋਸਤੋ ਇਹ ਬਾਇਓਗ੍ਰਾਫੀ ਸੀ ਪੰਜਾਬ ਦੇ ਪ੍ਰਸਿੱਧ ਗਾਇਕ ਲਾਡੀ ਚਾਹਲ ਦੀ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਗੀ ਮਿਲਦਾ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ